ਅਕਾਲੀ ਦਲ ਸੁਧਾਰ ਲਹਿਰ ਨੇ ਅੱਜ ਲੌਂਗੋਵਾਲ ਦੇ ਵਿੱਚ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਬਰਸੀ ਸਮਾਗਮ ਵੱਖਰੇ ਤੌਰ 'ਤੇ ਮਨਾਇਆ। ਇੱਕ ਪਾਸੇ ਅਕਾਲੀ ਦਲ ਨੇ ਮਨਾਇਆ, ਦੂਜੇ ਪਾਸੇ ਅਕਾਲੀ ਦਲ ਸੁਧਾਰ ਲਹਿਰ ਨੇ ਵੱਖਰਾ ਪ੍ਰੋਗਰਾਮ ਕੀਤਾ। ਕਈ ਤਰ੍ਹਾਂ ਦੇ ਐਲਾਨ ਹੋਏ, ਇੱਕ ਵੱਡਾ ਇਕੱਠ ਇੱਥੇ ਕੀਤਾ ਗਿਆ। ਗੁਰਪ੍ਰਤਾਪ ਸਿੰਘ ਵਡਾਲਾ ਹੁਣੀ ਸਾਡੇ ਨਾਲ ਨੇ, ਵਡਾਲਾ ਸਾਹਿਬ, ਇੱਕ ਵੱਡਾ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਔਰ ਅਕਾਲੀ ਦਲ ਦੇ ਪੈਰਲਰ ਸ਼ਕਤੀ ਪ੍ਰਦਰਸ਼ਨ ਕਵਾਂਗੇ ਤੁਹਾਡਾ ਇਹ? ਦੇਖੋ, ਹਰ ਸਾਲ ਇੱਥੇ ਜਿਹੜੇ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੇ ਪੈਰੋਕਾਰ ਨੇ ਜਾਂ ਜਿਹੜੇ ਉਹਨਾਂ ਦੇ ਨਾਲ ਸਾਥੀ ਸਨ, ਉਹਨਾਂ ਦੇ ਗੜਬਈ ਸਨ, ਉਹ ਹਰ ਸਾਲ ਇੱਥੇ ਸੰਗਰੂਰ ਦੀ ਪਵਿੱਤਰ ਧਰਤੀ 'ਤੇ ਲੌਂਗੋਵਾਲ ਵਿਖੇ ਪ੍ਰੋਗਰਾਮ ਕਰਦੇ ਆ। ਚਾਹੇ ਚਲੋ ਸ਼੍ਰੋਮਣੀ ਕੱਲ੍ਹ ਵੀ ਅਕਾਲੀ ਦਲ ਵੀ ਆਪਣੇ ਤੌਰ 'ਤੇ ਕਰਦਾ ਰਿਹਾ, ਪਰ ਇਸ ਵਾਰ ਇਸ ਪ੍ਰੋਗਰਾਮ ਦੀ ਬਹੁਤ ਵੱਡੀ ਮਹੱਤਤਾ ਸੀ ਕਰਕੇ ਲੋਕਾਂ ਦਾ ਬੜਾ ਉਤਸ਼ਾਹ ਸੀਗਾ ਇਸ ਪ੍ਰੋਗਰਾਮ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਉਲੀਕਿਆ ਗਿਆ ਸੀ। ਅਤੇ ਇਹ ਕੋਈ ਸ਼ਕਤੀ ਪ੍ਰਦਰਸ਼ਨ ਨਹੀਂਗਾ, ਪਹਿਲਾਂ ਤਾਂ ਉਸ ਮਹਾਨ ਯੋਧੇ ਜਿਹੜੇ ਸਿੱਖ ਪੰਥ ਦੇ ਸ਼ਹੀਦ ਹੋਏ, ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਆ, ਸ਼੍ਰੋਮਣੀ ਅਕਾਲੀ ਦਲ ਪ੍ਰਤੀ ਬੜੀਆਂ ਵੱਡੀਆਂ ਉਹਨਾਂ ਦੀਆਂ ਲੰਬੀਆਂ ਸੇਵਾਵਾਂ ਨੇ, ਉਹਨਾਂ ਨੂੰ ਯਾਦ ਕਰਨਾ ਸਾਡਾ ਫਰਜ਼ ਬਣਦਾ ਸੀਗਾ। ਪਰ ਤੁਸੀਂ ਜਿਹੜਾ ਕਿਤੇ ਨਾ ਕਿਤੇ ਵੱਖਰੇ ਤੌਰ 'ਤੇ ਇੱਕ ਵੱਡਾ ਇਕੱਠ ਕੀਤਾ ਗਿਆ, ਤਾਂ ਕੀ ਲੱਗਦਾ ਤੁਹਾਨੂੰ, ਜਾਂ ਪ੍ਰੋਗਰਾਮ ਤੋਂ ਪਹਿਲਾਂ ਤੁਹਾਨੂੰ ਲੱਗਦਾ ਸੀ ਕਿ ਇਹ ਇਕੱਠ ਇਸ ਲੈਵਲ 'ਤੇ ਹੋ ਸਕਦਾ, ਇੰਨੀ ਗਿਣਤੀ 'ਚ ਸੰਗਤ ਆ ਜਿਹੜੀ ਇੱਧਰ ਆ ਸਕਦੀ ਉਸ ਵੇਲੇ ਜਦੋਂ ਅਕਾਲੀ ਦਲ ਦਾ ਵੀ ਵੱਖਰਾ ਪ੍ਰੋਗਰਾਮ ਹੋਵੇ, ਅਤੇ ਜਿੰਨੀ ਸੰਗਤ ਆਈ, ਇਸ ਪੂਰੇ ਮਾਹੌਲ ਨੂੰ ਕਿਵੇਂ ਦੇਖਦਾ ਅਕਾਲੀ ਦਲ ਸੁਧਾਰ ਲਹਿਰ? ਦੇਖੋ, ਇਹ ਸਾਨੂੰ ਪਹਿਲਾਂ ਤੋਂ ਹੀ ਇੱਦਾਂ ਦੇ ਸੰਕੇਤ ਮਿਲ ਰਹੇ ਸੀ ਕਿ ਇਹ ਜਿਹੜਾ ਬਰਸੀ ਦਾ ਸਮਾਗਮ ਆ ਬਹੁਤ ਭਰਮਾ ਹੋਊਗਾ, ਲੋਕਾਂ ਦਾ ਬੜਾ ਉਤਸ਼ਾਹ ਆ ਅਤੇ ਸਤਿਕਾਰ ਆ ਸੰਤਾਂ ਦੇ ਪ੍ਰਤੀ, ਅਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਆ ਉਹਨੂੰ ਲੈ ਕੇ ਵੀ ਲੋਕ ਉਡੀਕ ਰਹੇ ਨੇ, ਇਸ ਕਰਕੇ ਇਹਦਾ ਇਕੱਠ ਬਹੁਤ ਵਧੀਆ ਹੋਇਆ, ਬੜਾ ਭਰਮਾ ਸੀ, ਪ੍ਰਭਾਵਸ਼ਾਲੀ ਸੀਗਾ। ਬਾਕੀ ਗੱਲ ਇਹ ਜੀ ਵੀ ਜੇ ਅਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਉਹਨਾਂ ਦੀ ਸੋਚ 'ਤੇ, ਗੁਰਸਿੱਖੀ ਦੇ ਫਲਸਫੇ 'ਤੇ ਪਹਿਰਾ ਦਿੰਦੇ ਤਾਂ ਅੱਜ ਦੋ ਇਕੱਠ ਕਰਨ ਦੀ ਲੋੜ ਨਹੀਂ ਸੀ। ਅੱਜ ਅਗਰ ਅਕਾਲੀ ਦਲ ਇੰਨਾ ਕਮਜ਼ੋਰ ਨਾ ਹੁੰਦਾ, ਨਿਗਾਰ ਨਾ ਹੁੰਦਾ, ਤਾਂ ਸਾਨੂੰ ਇਹ ਜਿਹੜੀ ਆਵਾਜ਼ ਉਠਾਉਣ ਦੀ ਲੋੜ ਨਹੀਂ ਸੀ ਪੈਣੀ। ਜਿਹੜਾ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਤੱਕ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਤੁਸੀਂ ਲਗਾਤਾਰ ਕਰਦੇ ਆ ਰਹੇ ਹੋ, ਤੁਹਾਨੂੰ ਲੱਗਦਾ ਕਿ ਅੱਜ ਇਸ ਇਕੱਠ ਦੇ ਮੰਚ ਤੋਂ ਵੀ ਜਿਸ ਤਰ੍ਹਾਂ ਦੇ ਐਲਾਨ ਹੋਏ ਜਾਂ ਜਿਸ ਤਰ੍ਹਾਂ ਦੀ ਚਰਚਾ ਹੋਈ, ਜਿਸ ਤਰ੍ਹਾਂ ਦੇ ਵਿਚਾਰ ਸਾਹਮਣੇ ਆਏ, ਅਤੇ ਇਹ ਇਕੱਠ ਤੁਹਾਨੂੰ ਲੱਗਦਾ ਕਿ ਜੋ ਸੁਨੇਹਾ ਤੁਸੀਂ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹ ਪਹੁੰਚ ਰਿਹਾ? ਸੰਗਰੂਰ ਜ਼ਿਲ੍ਹਾ ਬਹੁਤ ਪੰਥਕ ਜ਼ਿਲ੍ਹਾ ਸੀਗਾ, ਇੱਥੇ ਤਾਂ ਜੇ ਆਪਾਂ ਕਹੀਏ ਸਿੱਖ ਮਜੋਰਿਟੀ ਡਿਸਟ੍ਰਿਕਟ ਹੈ ਪੰਜਾਬ ਦਾ ਸੰਗਰੂਰ, ਅਤੇ ਸਾਨੂੰ ਬੜਾ ਫਖਰ ਆ, ਮਾਣ ਆ ਜ਼ਿਲ੍ਹੇ 'ਤੇ। ਪਰ ਆਪਾਂ ਬੜੇ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਕਿ ਸੰਗਰੂਰ ਜ਼ਿਲ੍ਹਾ ਵੀ ਅਕਾਲੀ ਦਲ ਵਾਸਤੇ ਕਮਜ਼ੋਰ ਸਾਬਤ ਹੋ ਰਿਹਾ, ਇਹਦੇ ਮਤਲਬ ਕੋਈ ਨਾ ਕੋਈ ਸਾਡੇ 'ਚ ਕੋਈ ਕਮੀ ਆ, ਸਾਡੇ 'ਚ ਕਮਜ਼ੋਰੀ ਆ। ਜੇ ਅੱਜ ਫਿਰ ਸੰਗਰੂਰ ਦੇ ਪਿੰਡਾਂ 'ਚੋਂ, ਪਟਿਆਲੇ 'ਚੋਂ ਜਾਂ ਸਾਰੇ ਪੰਜਾਬ 'ਚੋਂ ਸੰਗਤ ਅਕਾਲੀ ਦਲ ਦੇ ਵਰਕਰ ਲੀਡਰ ਉੱਠ ਕੇ ਆਏ ਨੇ, ਇਹ ਸੰਕੇਤ ਤਾਂ ਬਿਲਕੁਲ ਸਾਫ਼ ਦਿਸ ਰਿਹਾ, ਉਹਨਾਂ ਨੂੰ ਇਹ ਤਾਂ ਸੁਨੇਹਾ ਜਾਣਾ ਹੀ ਆ। ਪਰ ਇਹ ਜਿਹੜੀ ਲੜਾਈ ਆ ਨਾ ਆਪਣੇ ਇੱਕ ਦੂਜੇ ਨੂੰ ਢਾਉਣ ਦੀ, ਪੰਥ ਨੂੰ ਮਾਰਨ ਦੀ, ਇਹ ਲੜਾਈ ਕੋਈ ਸਾਰਥਕ ਨਹੀਂ ਹੈਗੀ, ਇਸ ਲੜਾਈ ਦਾ ਹੱਲ ਨਿਕਲਣਾ ਚਾਹੀਦਾ ਆ। ਹੱਲ ਉਹਦਾ ਇੱਕੋ ਸੀ, ਜੇ ਹੁਣ ਸੁਖਬੀਰ ਸਿੰਘ ਬਾਦਲ ਨੂੰ ਸੁਨੇਹਾ ਮਿਲ ਹੀ ਜਾਣਾ ਵੀ ਅੱਜ ਦਾ ਇਕੱਠ ਕੀ ਕਹਿੰਦਾ ਆ, ਅਤੇ ਜਿਹੜਾ ਕੱਲ੍ਹ ਦਾ ਇਕੱਠ ਹੋਇਆ ਉੱਥੇ ਬਾਬੇ ਬਕਾਲੇ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਕੀਤਾ ਆ, ਉਹਦਾ ਵੀ ਸੁਨੇਹਾ ਮਿਲਦਾ ਆ, ਅਤੇ ਫਿਰ ਸ਼ੀਸ਼ਾ ਤਾਂ ਸਾਹਮਣੇ ਦਿਸਦਾ ਆ, ਫਿਰ ਸਰ ਸੁਖਬੀਰ ਸਿੰਘ ਬਾਦਲ ਨੂੰ ਤਿਆਗ ਕਰਨਾ ਚਾਹੀਦਾ, ਐਵੇਂ ਆਪਣੇ ਹੱਠ ਕਰਕੇ ਹੰਕਾਰ ਵਿੱਚ ਆਕੜ ਵਿੱਚ ਆ ਕੇ ਰਹਿ ਕੇ ਉਹਨਾਂ ਨੂੰ ਇਸ ਪ੍ਰਧਾਨਗੀ ਨੂੰ ਜਫਾ ਨਹੀਂ ਮਾਰਨਾ ਚਾਹੀਦਾ ਅਤੇ ਛੱਡ ਦੇਣੀ ਚਾਹੀਦੀ ਆ, ਤਾਂ ਕਿ ਲੋਕ ਉਹਨਾਂ ਲੀਡਰਾਂ ਨੂੰ ਮੋਹਰੇ ਲਿਆਉਣ ਜਿਹਨਾਂ ਨੂੰ ਲੋਕ ਚਾਹੁੰਦੇ ਆ। ਅਕਾਲੀ ਦਲ ਨੂੰ ਤਾਂ ਲੋਕ ਬਹੁਤ ਪਿਆਰ ਕਰਦੇ ਆ, ਪਰ ਦੇਖੋ ਗੱਲ ਫਿਕਰ ਵਾਲੀ ਆ ਕਿ ਅਕਾਲੀ ਦਲ ਨੂੰ ਲੋਕ ਇੰਨਾ ਚਾਹੁੰਦੇ ਪੰਜਾਬ ਦੇ,
ਦੂਸਰੀਆਂ ਪਾਰਟੀਆਂ ਵੀ ਚਾਹੁੰਦੀਆਂ ਆ ਕਿ ਅਕਾਲੀ ਦਲ ਤਕੜਾ ਰਹਿਣਾ ਚਾਹੀਦਾ। ਸਿੱਖ ਪੰਥ ਦੀ ਆਵਾਜ਼ ਆ, ਨੁਮਾਇੰਦਾ ਜਮਾਤ ਆ, ਆਪਣੇ ਘੱਟ ਗਿਣਤੀਆਂ ਦੀ ਨੁਮਾਇੰਦਗੀ ਕਰਦਾ ਆ, ਬਟ ਉਹਦੇ ਬਾਵਜੂਦ ਵੀ ਅਸੀਂ ਕਿੰਨਾ ਆਪਣੇ ਕਮਜ਼ੋਰ ਹੋ ਗਏ। ਸੋ ਇਹ ਸਾਰੀ ਗੱਲ ਉਸ ਦਾਇਰੇ 'ਚ ਘੁੰਮਦੀ ਆ ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਵੱਡੀ ਜ਼ਿੰਮੇਵਾਰੀ ਆ। ਅਤੇ ਚਲੋ ਠੀਕ ਹੈ, ਤੁਸੀਂ ਬਹੁਤ ਸਮਾਂ ਕਰ ਲਈ, ਸਰ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਵਧੀਆ ਸਮਾਂ ਹੰਢਾਇਆ, ਕੋਈ ਗੱਲ ਨਹੀਂ, ਅਸੀਂ ਵੀ ਨਾਲ ਹੀ ਸੀਗੇ, ਅੱਜ ਵੀ ਉਹਨਾਂ ਬਜ਼ੁਰਗਾਂ ਦਾ ਸਤਿਕਾਰ ਕਰਦੇ ਹਾਂ, ਬਾਕੀ ਸਾਰੇ ਲੀਡਰਾਂ ਦਾ ਸਤਿਕਾਰ ਕਰਦੇ ਹਾਂ। ਪਰ ਜਿਹੜੇ ਤੁਸੀਂ ਗਲਤ ਫੈਸਲੇ ਲਏ, ਜਿਹੜਾ ਤੁਸੀਂ ਸਿੱਖੀ ਨੂੰ ਵਿਸਾਰਤਾ, ਤੁਸੀਂ ਅਕਾਲ ਤਖ਼ਤ ਸਾਹਿਬ ਨੂੰ ਵੀ ਧੱਕਤਾ, ਤੇ ਫਿਰ ਭਾਈ ਸੰਗਤ ਤੋੜਨਾ ਕਿੱਦਾਂ ਖੜ ਸਕਦੀ ਆ? ਕੁਝ ਐਲਾਨ ਵੀ ਤੁਹਾਡੇ ਵੱਲੋਂ ਕੀਤੇ ਗਏ ਮੰਚ ਤੋਂ, ਕੁਝ ਮਤੇ ਜਿਹੜਾ ਹੈਗਾ ਉਸਦਾ ਜਿਹੜਾ ਹੈਗਾ ਅਸੀਂ ਸੁਣਿਆ, ਮੰਚ ਤੋਂ ਪੜ੍ਹ ਕੇ ਸੁਣਾਏ ਗਏ, ਤਾਂ ਕੀ ਉਹ ਮੁੱਖ ਐਲਾਨ ਨੇ ਜਿਹੜੇ ਅੱਜ ਤੁਹਾਨੂੰ ਲੱਗਦਾ ਕਿ ਇਸ ਮੰਚ ਤੋਂ ਮੁੱਖ ਤੌਰ 'ਤੇ ਕੀਤੇ ਗਏ? ਪਹਿਲਾਂ ਤਾਂ ਦੇਖੋ ਮਤੇ ਉਹ ਆ ਜੀ ਜਿੱਥੇ ਸਿੱਖ ਪੰਥ ਨੂੰ ਬੜੀ ਢਾਹ ਲੱਗੀ ਆ ਗਲਤ ਫੈਸਲਿਆਂ ਨੂੰ ਲੈ ਕੇ, ਚਾਹੇ ਉਹ ਸਵਾਂਗ ਰਚਣ ਤੋਂ ਬਾਅਦ ਪਰਚਾ ਹੋਇਆ ਸੀਗਾ ਉਹਨੂੰ ਵਾਪਸ ਲਿਆ, ਇੱਕ ਪਾਸੇ ਦਾ ਜਿਹੜਾ ਟੋਂਗੀ ਬਾਬਾ ਉਹ ਜਿਹੜਾ ਪਾਪੀ ਆ ਉਹ ਅੰਮ੍ਰਿਤ ਛਕਾਉਣ ਦੇ ਬਰਾਬਰ ਇੱਕ ਉੱਥੇ ਡਰਾਮਾ ਕਰ ਰਿਹਾ, ਅਤੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਨਕਲ ਕਰਨੀ ਚਾਹੁੰਦਾ ਆ, ਅਤੇ ਸਾਡਾ ਤਾਂ ਮਰਨ ਹੋ ਗਿਆ ਫਿਰ ਜੇ ਅਸੀਂ ਉਹਦਾ ਕੁਛ ਕਰ ਨਹੀਂ ਸਕਦੇ। ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਨੂੰ ਉਹ ਆਪਣੇ ਚੱਕ ਕੇ ਲੈ ਜਾਂਦੇ ਆ, ਸਾਡਾ ਜੰਮਣਾ ਮਰਨਾ ਗੁਰੂ ਸਾਹਿਬ ਦੇ ਨਾਲ ਆ, ਅਤੇ ਸਾਡੀ ਸਰਕਾਰ ਤੋਂ ਕੁਛ ਨਹੀਂ ਹੁੰਦਾ, ਅਤੇ ਦੱਸੋ ਅਸੀਂ ਖੜ੍ਹੇ ਕਿੱਥੇ ਹਾਂ? ਇਸ ਕਰਕੇ ਪੰਥ ਬਹੁਤ ਵੱਡੇ ਗਹਿਰੇ ਸੰਕਟ 'ਚੋਂ ਗੁਜ਼ਰ ਰਿਹਾ, ਪਰ ਨਿਕਲ ਜਾਵਾਂਗੇ ਇਸ ਸੰਕਟ 'ਚੋਂ, ਐਸੀ ਗੱਲ ਨਹੀਂ। ਸੰਗਤਾਂ ਚਾਹੁੰਦੀਆਂ ਨੇ ਕਿ ਸਹੀ ਫੈਸਲੇ ਲੈਣ ਵਾਲੇ ਸੁਹਿਰਦ ਲੀਡਰ ਮੂਹਰੇ ਆਉਣ, ਜਿਹੜੇ ਪੰਥ ਵਾਸਤੇ ਕੰਮ ਕਰਨ, ਨਿੱਜੀ ਆਪਣੇ ਸਵਾਰਥ ਨਾ ਹੋਵੇ। ਅੱਗੇ ਤਾਂ ਦੇਖਿਆ ਆਪਾਂ, ਸਰਕਾਰਾਂ ਆਈਆਂ ਠੀਕ ਆ, 15 ਸਾਲ ਸਰਕਾਰ ਹੰਡਾਲੀ, ਅਕਾਲੀ ਦਲ ਨੇ ਪੰਜਾਬ ਵਾਸਤੇ ਬੜੇ ਕੰਮ ਕੀਤੇ ਆ, ਪਰ ਸਿੱਖੀ ਵਾਸਤੇ ਅਕਾਲੀ ਦਲ ਤੋਂ ਜਿੱਥੇ ਪਹਿਰਾ ਦੇਣਾ ਚਾਹੀਦਾ ਸੀ ਪਹਿਰਾ ਨਹੀਂ ਦੇ ਹੋਇਆ, ਉੱਥੇ ਅਸੀਂ ਖੁੰਝ ਗਏ, ਉੱਥੇ ਅਸੀਂ ਬਹੁਤ ਵੱਡੀ ਗਲਤੀ ਕਰ ਗਏ, ਅਤੇ ਅੱਜ ਲੋਕ ਨਹੀਂ ਮਾਫ਼ ਕਰ ਰਹੇ ਅਕਾਲੀ ਦਲ ਦੇ ਲੀਡਰਾਂ ਨੂੰ। ਇੱਕ ਪਾਸੇ ਪੰਥ ਆ, ਇੱਕ ਪਾਸੇ ਸਰਕਾਰ ਡਿਵੈਲਪਮੈਂਟ ਆ, ਇਕੱਲੀ ਡਿਵੈਲਪਮੈਂਟ ਨਾ ਨਹੀਂ ਸਾਡਾ ਘਰ ਭਰਦਾ, ਸਾਡਾ ਜਿਹੜਾ ਪੰਥ ਆ ਉਹ ਵੀ ਬਿਲਕੁਲ ਸੁਰੱਖਿਅਤ ਰਹਿਣਾ ਚਾਹੀਦਾ ਆ, ਸਾਡਾ ਧਰਮ ਆ ਉਹਨੂੰ ਢਾਹ ਨਹੀਂ ਲੱਗਣੀ ਚਾਹੀਦੀ, ਅਤੇ ਜੇ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਕਰ ਸਕਦੇ ਅਸੀਂ, ਫਿਰ ਦੱਸੋ ਕਿੱਥੇ ਖੜ੍ਹੇ ਹਾਂ? ਬਡਾਲਾ ਸਾਹਿਬ ਇੱਕ ਨਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਬੇਸ਼ੱਕ ਸਿੱਧੇ ਤੌਰ 'ਤੇ ਨਾਮ ਨਾ ਲਿਆ ਹੋਵੇ, ਪਰ ਅੰਮ੍ਰਿਤਪਾਲ ਹੋਰਾਂ ਦੇ ਸੰਗਠਨ 'ਤੇ ਉਹਨਾਂ ਨੇ ਇੱਕ ਸ਼ਬਦੀ ਹਮਲਾ ਕੀਤਾ, ਤੁਸੀਂ ਉਹਨਾਂ ਕਹਿ ਰਹੇ ਹੋ ਕਿ ਉਹਨਾਂ ਨੇ ਵੱਡਾ ਇਕੱਠ ਕੀਤਾ ਸੀ, ਪਰ ਉੱਧਰ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਿਹੜਾ ਉਹਨਾਂ 'ਤੇ ਵਾਰ, ਉਹਨਾਂ ਨੇ ਹਮਾਸ ਦੇ ਨਾਲ ਤੁਲਨਾ ਕਰ ਦਿੱਤੀ, ਫਲਸਤੀਨ ਦਾ ਜਿਹੜਾ ਅੱਤਵਾਦੀ ਸੰਗਠਨ ਦੱਸਿਆ ਜਾਂਦਾ, ਜਿਹੜਾ ਕਹਿੰਦੇ ਨੇ ਕਿ ਉੱਥੋਂ ਦੀ ਆਜ਼ਾਦੀ ਦੀ ਲੜਾਈ ਲੜਨ ਦਾ ਦਾਅਵਾ ਕਰਦਾ, ਤਾਂ ਕਹਿੰਦੇ ਨੇ ਕਿ ਉਹਨਾਂ ਵਾਂਗ ਵੱਡੇ ਵੱਡੇ ਦਾਅਵੇ ਕਰਕੇ ਇਹਨਾਂ ਨੇ ਸਭ ਕੁਝ ਬਰਬਾਦ ਕਰ ਦੇਣਾ। ਦੇਖੋ ਵੈਸੇ ਨਾ ਜੀ, ਚਲੋ ਸਰ ਸੁਖਬੀਰ ਸਿੰਘ ਬਾਦਲ ਬੜੇ ਸਿਆਣੇ ਆ, ਸਾਡੇ ਤਾਂ ਭਰਾ ਹੀ ਆ, ਐਸੀ ਗੱਲ ਨਹੀਂ, ਭਰਾਵਾਂ 'ਚ ਵੀ ਮਤਭੇਦ ਪੈਦਾ ਹੁੰਦੇ ਹੀ ਆ, ਚਾਹੇ ਸਕੇ ਕਿਉਂ ਨਾ ਹੋਣ, ਪਰ ਹਮਾਸ ਦਾ ਇਜ਼ਰਾਈਲ ਦਾ ਜਿਹੜਾ ਉੱਥੇ ਜੰਗ ਆ ਉਹ ਠੀਕ ਹੈ, ਹਮਾਸ ਨਾਲ ਪਹਿਲਾਂ ਇਜ਼ਰਾਈਲ ਨੇ ਬਹੁਤ ਧੱਕਾ ਕੀਤਾ, ਲੇਕਿਨ ਹਮਾਸ ਨੇ ਜਿਹੜਾ ਉੱਥੇ ਸ਼ਰੇਆਮ ਕਤਲੇਆਮ ਕੀਤਾ ਬੇਗੁਨਾਹ ਬੱਚਿਆਂ ਦਾ, ਬੀਬੀਆਂ ਦਾ, ਬਜ਼ੁਰਗਾਂ ਦਾ ਕਿਡਨੈਪ ਕਰਕੇ ਲੈ ਗਏ, ਅਤੇ ਹਮਾਸ ਬਹੁਤ ਵੱਡਾ ਖਮਿਆਜ਼ਾ ਭੁਗਤ ਰਿਹਾ ਅੱਜ, ਕਰਕੇ ਇਜ਼ਰਾਈਲ ਪਰਵਾਹ ਨਹੀਂ ਕਰ ਰਿਹਾ, ਹੋਸਪਿਟਲਾਂ ਨੂੰ ਆਪਣੇ ਬੰਬਾਂ ਨਾਲ ਇਜ਼ਰਾਈਲ ਉਡਾ ਰਿਹਾ, ਸਕੂਲਾਂ 'ਤੇ ਬੰਬ ਸਿੱਟੇ ਜਾ ਰਹੇ ਆ, ਸਾਰੀ ਦੁਨੀਆਂ ਨੂੰ ਇਸ ਗੱਲ ਦੀ ਬੜੀ ਪੀੜ ਆ, ਉਹ ਤਾਂ ਆਪਾਂ ਵੱਖਰਾ ਰੱਖ ਲਈਏ, ਪੰਜਾਬ ਵਿੱਚ ਇੱਦਾਂ ਦੀ ਕੋਈ ਹੈ ਹੀ ਜਦੋਂ ਜਦ ਕੋਈ ਇੱਦਾਂ ਲੜਾਈ ਹੈਗੀ ਆ, ਸਾਨੂੰ ਤਾਂ ਸਮਝ ਨਹੀਂ ਆਉਂਦੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕਿ ਪੰਜਾਬ ਦੀ ਤੁਲਨਾ ਹਮਾਸ ਦੇ ਨਾਲ ਇਜ਼ਰਾਈਲ ਨਾਲ ਕਿਵੇਂ ਕਰ ਸਕਦੇ ਹਾਂ। ਅਸੀਂ ਕੋਈ ਇੱਥੇ ਵੱਖ ਹੋਣ ਦੀ ਗੱਲ ਨਹੀਂ ਕਰਦੇ, ਠੀਕ ਆ ਭਾਈ ਅੰਮ੍ਰਿਤਪਾਲ ਸਿੰਘ ਦੀ ਵਿਚਾਰ ਹੋਊਗੀ, ਮੈਂ ਉਹਦੇ ਬਾਰੇ ਨਹੀਂ ਕੁਛ ਕਹਿ ਸਕਦਾ, ਲੇਕਿਨ ਉਹ ਵਿਚਾਰ ਜੇ ਕਿਸੇ ਦੀ ਹੈਗੀ ਆ ਸਿੱਖਾਂ ਦੇ ਆਪਣੇ ਵੱਲੋਂ, ਉਹ ਹੈਗੀ ਰੋਸ ਦੀ, ਵਿਦਰੋਹ ਦੀ, ਉਹ ਸਾਡਾ ਸਲੋਗਨ ਬਣ ਗਿਆ, ਕੋਈ ਸਾਡੀ ਡਿਮਾਂਡ ਨਹੀਂ ਹੈਗੀ, ਨਾਰਾ ਬਣ ਗਿਆ ਸਾਡਾ, ਅਤੇ ਕਰਕੇ ਸਾਡੇ ਨਾਲ ਧੱਕਾ ਹੋਇਆ, ਬੇਇਨਸਾਫੀ ਹੋਈ ਆ। ਪਰ ਅਸੀਂ ਫਿਰ ਕਹਿੰਦੇ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹਨਾਂ ਅਕਾਲੀ ਦਲ ਦੇ ਲੀਡਰਾਂ ਨੇ ਆਖਿਆ
ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਤੁਹਾਨੂੰ ਨਹੀਂ ਸੀ ਕੋਈ ਬਿਆਨ ਦੇਣਾ ਚਾਹੀਦਾ। ਕੋਸ਼ਿਸ਼ ਕਰਕੇ ਇਸ ਇਲੈਕਸ਼ਨ ਦਾ ਖਡੂਰ ਸਾਹਿਬ ਦਾ ਤੇ ਫਰੀਦਕੋਟ ਦਾ ਸਮੇਂ ਸਿਰ ਹੱਲ ਲੱਭਣਾ ਚਾਹੀਦਾ ਸੀਗਾ। ਬੇਸ਼ੱਕ ਉਹ ਦੋਨੇ ਸੀਟਾਂ ਜਿੱਤ ਗਏ ਪਰ ਫਿਰ ਵੀ ਸੁਖਬੀਰ ਸਿੰਘ ਬਾਦਲ ਉਹਨਾਂ ਤੇ ਅੱਜ ਵੀ ਉਸੇ ਤਰ੍ਹਾਂ ਹਮਲਾਵਰ ਨਜ਼ਰ ਆ ਰਹੇ। ਉਹਦਾ ਦੇਖੋ ਗੱਲ ਪਤਾ ਕੀ ਹੈ ਜੀ, ਜੇ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਹੋ, ਉੱਥੇ ਪੰਥ ਨੇ ਜਿਤਾਇਆ ਆਪਣੇ ਅੰਮ੍ਰਿਤਪਾਲ ਸਿੰਘ ਨੂੰ ਤੇ ਸਰਬਜੀਤ ਸਿੰਘ ਖਾਲਸੇ ਨੂੰ, ਤੁਸੀਂ ਪੰਥ ਦੇ ਉਲਟ ਆਪਣੇ ਬੋਲ ਰਹੇ ਹੋ ਤੇ ਫਿਰ ਦੱਸੋ ਕਾਹਦੇ ਪੰਥ ਗਏ ਆਪਾਂ? ਏਦਾਂ ਨਹੀਂ ਨਾ ਹੁੰਦਾ, ਜਿਹਦਾ ਮਰਜ਼ੀ ਜੋ ਮਰਜ਼ੀ ਆਪਣੇ ਮੂੰਹ ਆ ਕੱਢੀ ਜਾਈਏ। ਲੋਕਾਂ ਨੇ ਉਹਨੂੰ MP ਬਣਾ ਤਾ, ਉਹਨੂੰ ਲੋਕਾਂ ਨੇ ਚੁਣ ਕੇ ਪਾਰਲੀਮੈਂਟ ਵਿੱਚ ਭੇਜਿਆ ਆ। ਬੀਬਾ ਹਰਸਿਮਰਤ ਕੌਰ ਬਾਦਲ ਵੀ ਉੱਥੇ ਹੀ ਆ, ਉਹਨਾਂ ਦੇ ਮੈਂਬਰ ਸਾਥੀ ਨੇ ਉਹ, ਤੇ ਆਪਾਂ ਕਿਵੇਂ ਉਹਨਾਂ ਨੂੰ ਕਹਿੰਦੇ ਆਪਣੇ ਉਹਨਾਂ ਦੀ ਨਿਖੇਧੀ ਕਰ ਦਿਆਂਗੇ? ਇਹ ਬਣਦਾ ਨਹੀਂ, ਅੱਗੇ ਵੀ ਗਲਤੀ ਕੀਤੀ ਆ। ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਉੱਥੇ ਬੋਲ ਕੇ ਗਲਤ ਬਿਆਨ ਦੇ ਕੇ ਅੱਜ ਫਿਰ ਉਹ ਇਸ ਗੱਲ ਨੂੰ ਦੁਬਾਰਾ ਰਿਪੀਟ ਕਰ ਰਹੇ ਆ, ਪਰ ਨਹੀਂ ਇੱਦਾਂ ਦੀ ਗੱਲ ਨਹੀਂ ਕੋਈ। ਠੀਕ ਹੈ, ਅੰਮ੍ਰਿਤਪਾਲ ਸਿੰਘ ਬਾਹਰ ਆਊਗਾ ਤੇ ਜਿਹੜਾ ਉਹਦਾ ਏਜੰਡਾ ਹੋਊਗਾ ਉਹਦੇ ਸਾਹਮਣੇ ਆਊਗਾ। ਜੇ ਉਹਨੇ ਸਹੁੰ ਚੱਕ ਲਈ ਸੰਵਿਧਾਨ ਦੀ, ਸਹੁੰ ਚੱਕ ਕੇ ਉਹਨੇ ਆਪਣੇ ਪਾਰਲੀਮੈਂਟ ਚਲਾ ਗਿਆ ਤੇ ਫਿਰ ਦੱਸੋ ਕੀ ਗੱਲ ਰਹਿ ਗਈ? ਠੀਕ ਆ, ਸਿੱਖਾਂ ਦੇ ਮਨਾਂ 'ਚ ਰੋਸ ਹੈਗਾ, ਹਜੇ ਰੋਸ ਪਤਾ ਨਹੀਂ ਕਿੰਨੇ ਦੇਰ ਚੱਲਣਾ ਆ, ਇਹਦਾ ਸਾਡਾ ਹੱਕ ਬਣਦਾ। ਆਖਰੀ ਸਵਾਲ ਹੈ ਜੀ, ਇੱਕ ਐਮਰਜੈਂਸੀ ਨਾਂ ਤੇ ਫਿਲਮ ਜਿਹੜੀ ਹੈ ਆ ਰਹੀ ਉਹਨੂੰ ਲੈ ਕੇ ਬੜਾ ਵਿਵਾਦ ਉੱਠ ਰਿਹਾ। ਕਹਿੰਦੇ ਨੇ ਕਿ ਸਿੱਖਾਂ ਦੀ ਛਵੀ ਨੂੰ ਬੇਹੱਦ ਗਲਤ ਤਰੀਕੇ ਜਾਂ ਦੂਜੇ ਧਰਮਾਂ ਦੇ ਨਾਲ ਦਰਾਰ ਪਾਉਣ ਵਾਲੇ ਹਾਲਾਤਾਂ ਦੇ ਵਿੱਚ ਸਿੱਖਾਂ ਦੀ ਛਵੀ ਨੂੰ ਖਰਾਬ ਕਰਨ ਦੀ ਸਥਿਤੀ ਦਿਖਾਈ ਗਈ ਹੈ, ਔਰ SGPC ਨੇ ਵੀ ਇਸਦਾ ਵਿਰੋਧ ਕੀਤਾ ਹੈ, ਔਰ ਜਿਹੜੇ MP ਨੇ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਵੀ ਕੀਤਾ, ਬਾਕੀ ਵੀ ਜਥੇਬੰਦੀਆਂ ਕਰ ਰਹੀਆਂ ਨੇ, ਕੀ ਲੱਗਦਾ ਅਗਰ ਇਸ ਤਰ੍ਹਾਂ ਦੀ ਮੂਵੀ ਆਈ ਹੈ? ਇਹ ਤਾਂ ਦੇਖੋ ਬਹੁਤ ਮੰਦਭਾਗਾ ਆ ਕਿ ਅਸੀਂ ਸਿੱਖ ਬੜੇ ਦੇਸ਼ ਭਗਤ ਆ, ਪਰ ਸਾਨੂੰ ਕੋਈ ਸਰਟੀਫਿਕੇਟ ਨਹੀਂ ਲੈਣ ਦੀ ਲੋੜ ਕਿਸੇ ਤੋਂ, ਨਾ ਕੋਈ ਹਿੰਦ ਸਰਕਾਰ ਤੋਂ, ਨਾ ਕਿਸੇ ਏਜੰਸੀ ਤੋਂ, ਨਾ ਕਿਸੇ ਸੰਸਥਾ ਤੋਂ। ਸਾਡੇ 'ਤੇ ਬੜੇ ਇਲਜ਼ਾਮ ਲਾਉਂਦੇ ਨੇ ਸਿੱਖਾਂ 'ਤੇ, ਪਰ ਅਸੀਂ 1947 ਤੋਂ ਪਹਿਲਾਂ ਵੀ, 1947 ਤੋਂ ਬਾਅਦ ਵਿੱਚ ਵੀ ਅਸੀਂ ਇਹ ਸਾਬਤ ਕਰਤਾ ਕਿ ਬਹੁਤ ਵੱਡੀ ਸਾਡੀ ਦੇਸ਼ ਭਗਤੀ ਆ। ਅਤੇ ਜੇ ਐਮਰਜੈਂਸੀ ਵਿੱਚ ਅਸੀਂ ਸਭ ਤੋਂ ਵੱਡਾ ਯੋਗਦਾਨ ਪਾਇਆ, ਸੰਤ ਚੰਦ ਸਿੰਘ ਲੌਂਗੋਵਾਲ ਜੀ ਨੇ ਉਦੋਂ ਅਗਵਾਈ ਕੀਤੀ, ਜਥੇਦਾਰ ਮੋਹਨ ਸਿੰਘ ਤੋੜ ਜੀ ਨੇ ਅਗਵਾਈ ਕੀਤੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੋੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ ਜੀ ਨੇ, ਉਹਨਾਂ ਨੇ ਜੇਲ੍ਹਾਂ ਦੇ ਵਿੱਚ ਜਾ ਕੇ ਲੰਬਾ ਸਮਾਂ ਕੈਦਾਂ ਝੱਲੀਆਂ, ਅਤੇ ਫਿਰ ਦੱਸੋ ਐਮਰਜੈਂਸੀ ਟੁੱਟ ਗਈ, ਸਾਰਾ ਦੇਸ਼ ਮੁੜ ਕੇ ਆਜ਼ਾਦੀ ਦੀ ਫਿਜ਼ਾ ਮਾਣਦਾ, ਅਤੇ ਫਿਰ ਸਾਡਾ ਕੋਈ ਕਸੂਰ ਹੈ? ਦੱਸੋ, ਜੇ ਤੁਸੀਂ ਸਾਨੂੰ ਇੱਕ, ਅਸੀਂ ਵੱਖਰੀ ਕੌਮ ਆ, ਘੱਟ ਗਿਣਤੀ ਹਾਂ, ਜੇ ਤੁਸੀਂ ਸਾਨੂੰ ਮੁਸਲਮਾਨਾਂ ਵਾਂਗੂ ਦੇਖੋਗੇ ਕਰੋਗੇ ਤਾਂ ਨੁਕਸਾਨ ਕਿਹਦਾ ਹੋਣਾ? ਦੇਸ਼ ਦਾ ਹੋਣਾ, ਤੁਹਾਡਾ ਨੁਕਸਾਨ ਹੋਣਾ ਆ। ਪਰ ਅਸੀਂ ਉਸ ਹੱਦ ਤੱਕ ਨਹੀਂ ਜਾਣਾ ਚਾਹੁੰਦੇ। ਪੰਜਾਬ ਵਿੱਚ ਬਹੁਤ ਭਾਈਚਾਰਾ, ਸਾਂਝ, ਪਿਆਰ, ਹਿੰਦੂ, ਸਿੱਖ, ਮੁਸਲਮਾਨ, ਈਸਾਈ, ਜੈਨੀ, ਬੋਧੀ, ਕੋਈ ਫਰਕ ਨਹੀਂ ਗਾ। ਇਹ ਤਾਂ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ, ਸਾਂਝੀ ਵਾਲਤਾ ਦਾ, ਸਾਰੇ ਵਰਨ ਨੂੰ ਸਾਂਝ ਆਇਆ, ਬਰਾਬਰਤਾ ਦੀ ਗੱਲ ਆਖਦਾ, ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਪਰ ਇਹ ਜਾਂ ਤਾਂ ਕੋਈ ਐਸੇ ਲੋਕ ਨੇ, ਐਸੀ ਸ਼ਕਤੀਆਂ ਨੇ ਜਿਹੜੀਆਂ ਸਿੱਖਾਂ ਨੂੰ ਬਦਨਾਮ ਕਰਨਾ ਚਾਹੁੰਦੀਆਂ, ਜਾਂ ਸਿੱਖਾਂ ਦੇ ਇਸ਼ੂ ਨੂੰ ਲੈ ਕੇ ਉਹ ਪੈਸੇ ਕਮਾਉਣਾ ਚਾਹੁੰਦੇ ਨੇ, ਕੋਈ ਡਾਇਰੈਕਟਰ ਹੋਊਗਾ। ਪਰ ਐਮਰਜੈਂਸੀ ਇੱਕ ਬਹੁਤ ਵੱਡਾ ਕਾਲਾ ਧੱਬਾ ਸੀਗਾ ਦੇਸ਼ ਦੇ ਲੋਕਤੰਤਰ 'ਤੇ, ਜਿਸ ਧੱਬੇ ਨੂੰ ਮਿਟਾਇਆ ਸ਼੍ਰੋਮਣੀ ਅਕਾਲੀ ਦਲ ਦੇ ਯੋਧਿਆਂ ਨੇ ਜੇਲ੍ਹਾਂ ਭਰ ਕੇ। ਅੱਜ ਉਹਦੀ ਸਰਾਹਨਾ ਕਰਨੀ ਚਾਹੀਦੀ ਆ, ਉਹਨਾਂ ਲੋਕਾਂ ਨੂੰ ਉਹਦੀ ਵਡਿਆਈ ਕਰਨੀ ਚਾਹੀਦੀ ਆ ਜਿਨ੍ਹਾਂ ਨੇ ਜੇਲ੍ਹਾਂ ਭਰੀਆਂ। ਅਤੇ ਜੇ ਤੁਸੀਂ ਸਾਨੂੰ ਗਲਤ ਤਰੀਕੇ ਨਾਲ ਪੇਸ਼ ਕਰਦੇ ਹੋ, ਫਿਰ ਭਾਈ ਤੁਸੀਂ ਦੋਸ਼ੀ ਹੋ, ਤੁਸੀਂ ਭੁਗਤੋਗੇ, ਅਤੇ ਕਸੂਰ ਜੇ ਹੋਊਗਾ ਤਾਂ ਤੁਹਾਡਾ ਕਸੂਰ ਹੋਊਗਾ, ਸਾਡਾ ਨਹੀਂ ਹੋਊਗਾ। ਤਾਂ ਗੁਰਪ੍ਰਤਾਪ ਸਿੰਘ ਵਡਾਲਾ ਹੋਣੀ ਹਰ ਮੁੱਦੇ 'ਤੇ ਬੜਾ ਖੁੱਲ੍ਹ ਕੇ, ਬੜਾ ਸਪਸ਼ਟ ਜਵਾਬ ਦਿੰਦੇ ਨਜ਼ਰ ਆਏ, ਚਾਹੇ ਉਹ ਸਿੱਖ ਮਸਲੇ ਹੋਣ, ਚਾਹੇ ਅਕਾਲੀ ਦਲ ਦਾ ਮਸਲਾ ਹੋਵੇ। ਕੈਮਰਾਮੈਨ ਜਤਿੰਦਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18, ਲੌਂਗੋਵਾਲ, ਸੰਗਰੂਰ।